ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਕਰਿਆਨਾ ਸਟੋਰ ਨੂੰ ਲੱਗੀ ਅੱਗ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਹੋਇਆ ਸਵਾ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਮਾਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਅੱਡਾ ਕਹਾਨਪੁਰ ਖੂਈ ਦੇ ਵਿਖੇ ਇੱਕ ਕਰਿਆਨਾ ਸਟੋਰ 'ਚ ਬੀਤੀ ਰਾਤ ਅਚਾਨਕ ਅੱਗ ਲੱਗਣ ਕਾਰਨ ਸਮਾਨ ਸੜ ਗਿਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਮਦਦ ਦੇ ਨਾਲ ਅੱਗ 'ਤੇ ਕਾਬੂ ਪਾਇਆ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਕਹਾਨਪੁਰ ਖੂਈ ਅੱਡੇ ਦੇ ਕਰਿਆਨਾ ਸਟੋਰ ਚਲਾਉਂਦੇ ਬਲਦੇਵ ਸਿੰਘ ਢਿੱਲੋਂ ਨਿਵਾਸੀ ਰਸੇੜਾ ਦੇਰ ਰਾਤ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਅੱਜ ਤੜਕੇ ਲਗਭਗ 3:00 ਵਜੇ ਨਜ਼ਦੀਕੀ ਢਾਬਾ ਚਲਾਉਣ ਦੇ ਦੀਪਕ ਰਾਣਾ ਨੇ ਉਸ ਨੂੰ ਕ੍ਰਿਆਣਾ ਸਟੋਰ ਤੇ ਅੱਗ ਲੱਗਣ ਦੀ ਸੂਚਨਾ ਕੀਤੀ ਇਸ ਮਗਰੋਂ ਦੁਕਾਨ ਮਾਲਕ ਨੇ ਆਸ-ਪਾਸ ਦੇ ਲੋਕਾਂ ਦੀ ਮਦਦ ਅੱਗ ਬੁਝਾਉਣ ਦਾ ਯਤਨ ਕੀਤਾ ਐਸ ਮਗਰੋਂ ਨਗਰ ਕੌਂਸਲ ਨੰਗੜ ਦੇ ਪੁਲਿਸ ਥਾਣਾ ਨੂਰਪੁਰ ਬੇਦੀ ਵਿਖੇ ਸਥਿਤ ਧਾਰਮਿਕ ਸਥਾਨ ਪੀਰ ਬਾਬਾ ਜਿੰਦਾ ਸ਼ਹੀਦ ਤੋਂ ਪੁੱਜੀਆਂ ਦੋ ਫਾਇਰ ਬਿਗੇੜ ਦੀਆਂ ਗੱਡੀਆਂ ਨੇ ਕਾਫੀ ਮੁਸ਼ਕਲ ਦੇ ਮਗਰੋਂ ਆਖਰ ਤੇ ਕਾਬੂ ਪਾਇਆ ਗਿਆ ਉਧਰ ਦਾ ਕਾਫੀ ਸਮਾਨ ਸੜ ਗਿਆ ਸੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਘਟਨਾ ਦੌਰਾਨ ਏਸੀ ਸੀਸੀਟੀਵੀ ਕੈਮਰੇ ਫਰਿੱਜ ਸਮੇਤ ਕਾਫੀ ਸਮਾਨ ਸੜ ਗਿਆ ਮਾਲਕ ਨੇ ਦੱਸਿਆ ਹੈ ਕਿ ਉਸ ਦਾ 15 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ ਬਾਕੀ ਖਬਰ ਨੂੰ ਅੰਤ